ਪਾਣੀ ਪੀ ਤੇ ਪਾਣੀ ਪੀ ਟੁੱਟ ਗਿਆ ਮੇਰੀ ਨਹੀਂ ਵਾਰ ਨਾ ਨਾ ਮੈਂ ਵੀ ਆ ਦੇਣੀ ਆ। सोशल मीडिया से एक वीडियो बड़ी तेजी नाल वायरल हो रही थी, जिस एक अमृतधारी सिख नौजवान की कुछ लोगों वालों बुरे तरीके नाल कुटमार की जा रही थी, उसके केसां की बेदबी की जा रही थी। उत्थे ही जदों नौजवान पानी पीने लई पानी मंगता है तो उसनू एक औरत अपनी जुत्ती दे विच पानी पिलाउंदी है, जिस तो बाद वो वीडियो अग की तरह सोशल मीडिया से वायरल हो जाती है। तो दस दे कि वीडियो जंडियाला गुरु की है, जिथे उस अमृतधारी सिख नौजवान नू कुटिया गया सी। ते जदों दोनों धिरां कोलों इस मामले बारे पूछा गया तो दोनों ने एक दूजे ते अलग अलग तरह के दोष लगाए। तो दस दे कि जदों उस नौजवान नाल गलबात की गई तो उसने कहा कि मैं इन्हां तो 2 लाख रुपया लेना है, जिसके चलते इन्हां मैनू अपने घर फोन करके बुलाया सी। ते इस दे नाल ही उस नौजवान ने होर की कहा, आओ सुनते हाँ। जी की नाम जी? सुखा सिंह जी। ਸੁਖਾ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਨਾਲ? ਮੈਂ ਉਹਨਾਂ ਦੇ ਖੜਦਾ ਸ਼ਹਿਰ ਘੁੰਮਣ ਵਾਸਤੇ ਤਾਂ ਉਹਨਾਂ ਨੇ ਮੇਰੇ ਕੋਲ ਹੱਥ ਰੱਖੀ ਇਹ ਪਹਿਲੇ ਲੈ ਲੱਖ 2.5 ਲੱਖ ਰੁਪਈਆ ਲਿਆਉਂਦੇ ਸੀ, ਇਸ ਤਰ੍ਹਾਂ ਇਹ ਤੈਨੂੰ ਦੇ ਦਾਂਗੇ। ਅਤੇ ਮੈਂ ਰੋਜ਼ ਫੋਨ ਕਰਦਾ ਹਾਂ, ਮੈਂ ਅਤੇ ਫੋਨ ਕਰਦੇ ਜਦੋਂ ਗਾਲਾਂ ਕੱਢਦੇ ਸੀ, ਅਤੇ ਬਾਅਦ 'ਚ ਅੱਜ ਮੈਨੂੰ ਉਹਨਾਂ ਨੇ ਭੱਜੀ ਦੇ ਨਾਲ ਆਉਂਦੇ ਸੀ, ਅੱਜ ਤੈਨੂੰ ਇਹ ਪੈਸੇ ਦੇ ਦਿੰਦੇ ਹਾਂ। ਭੱਜੀ ਦੇ ਨਾਲ ਇਹਨਾਂ ਨੇ ਮੈਨੂੰ ਘੇਰ ਕੇ ਅਤੇ ਗਵਾਹ ਕਰਕੇ ਅਤੇ ਫਿਰ ਘਰ ਛੱਡਿਆ। ਕੌਣ ਸੀ ਜਿਨ੍ਹਾਂ ਨੇ ਤੁਹਾਡੇ ਕੋਲੋਂ ਪੈਸੇ ਲੈ ਸੀ? ਇਹ ਕੁੜੀ ਦੀ ਮਾਂ ਸੀ। ਕੀ ਨਾਮ ਕੀ ਸੀ ਉਹਨਾਂ ਦਾ? ਨਾਮ ਦਾ ਤਾਂ ਪਤਾ ਨਹੀਂ, ਉਹ ਦਰਬਾਰ ਸਿੰਘ ਆ ਕੁੜੀ, ਉਹਦਾ ਘਰ ਵਾਲਾ ਜਿਹੜਾ। ਕਿੱਥੇ ਰਹਿੰਦੇ, ਕਿੱਥੋਂ ਦੇ ਰਹਿਣ ਵਾਲੇ ਆ? ਤੁਸੀਂ ਪੈਸੇ ਕਿਉਂ ਦਿੱਤੇ ਸੀ ਉਹਨਾਂ ਨੂੰ? ਉਹ ਹੱਥ ਰੱਸੀ ਦਿੱਤੇ ਸੀ ਕਿ ਜਿਸ ਤਰ੍ਹਾਂ ਭੈਣ ਭਰਾਵਾਂ ਨੂੰ ਦੇ ਹੀ ਦੇ ਦੇ ਜਾਂ ਨਹੀਂ ਲੈਣੇ। ਮੈਂ ਦਿੱਤੇ ਨਹੀਂ ਉਹਨੇ ਬਾਅਦ 'ਚ, ਇਹੋ ਗੱਲ ਹੋਈ ਆ। ਹਾਂਜੀ, ਅਤੇ ਮੈਂ ਪੈਸੇ ਮੰਗੇ ਅਤੇ ਆਂਡੇ ਵੀ ਤੈਨੂੰ ਅੱਜ ਪੈਸੇ ਦਿੰਦੇ ਹਾਂ, ਅਤੇ ਮੈਂ ਚੜ੍ਹ ਕੇ ਲਪੋਲ ਬਣ ਕੇ ਅਤੇ ਮੈਨੂੰ ਇਹਨਾਂ ਨੇ ਗਵਾਹ ਕਰਕੇ ਪਾ ਸਕੇ ਉਹਦੇ ਮੇਰੇ ਘਰ ਲੈ ਗਏ ਆ। ਫਿਰ ਕੀ ਹੋਇਆ ਤੁਹਾਡੇ ਨਾਲ? ਘਰ ਲੋਹੇ ਦੀਆਂ ਪੈਪਾਂ ਮਾਰ ਕੇ ਅਤੇ ਬਾਹਾਂ ਤੋੜਤੀਆਂ। ਹਾਂਜੀ, ਇਹਨਾਂ ਨੇ ਬਾਅਦ 'ਚ ਮੈਨੂੰ ਆਂਡੇ ਵੀ ਤੈਨੂੰ ਸੁੱਖਾ ਸਿੰਘ ਪੈਸੇ ਦਿੰਦੇ ਹਾਂ, ਭਾਜੀ ਨੇ ਉਹਨਾਂ ਗਵਾਹ ਕਰਕੇ ਲੈ ਗਏ ਘਰ ਗੂਗਾ ਮਾਰ ਕੇ। 10-12 ਜਣੇ ਸੀ ਅਤੇ ਇਹਨਾਂ ਨੇ ਮੇਰਾ ਗਾਤਰਾ ਲਾਇਆ, ਗਾਤਰੇ ਦੇ ਛਿੱਤਰ ਮਾਰੇ ਆ, ਵਾਲ ਖੋਏ ਆ, ਅਤੇ ਇਹਨਾਂ ਨੇ ਬੜੀ ਬੇਇੱਜ਼ਤੀ, ਗੁਰੂ ਮਹਾਰਾਜ ਦੀ ਬਾਣੀ ਦੀ ਬੇਇੱਜ਼ਤੀ ਕੀਤੀ ਆ। ਤੁਸੀਂ ਅੰਮ੍ਰਿਤ ਛਕਿਆ ਸੀ? ਹਾਂਜੀ, ਛਕਿਆ ਸੀ ਜੀ। ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ? ਅਤੇ ਇਹੋ ਮੰਗ ਕਰਦਾ ਵੀ ਮੇਰੇ ਇਹੋ ਮੇਰਾ ਨੁਸਖਾ ਹੋ ਜੇ, ਕਿ ਜਿਹੜੇ ਮੇਰੇ ਕਿੱਤੇ ਗਏ ਆ ਹੱਕਦਾਰੀ ਹੋਣੀ। ਉੱਥੇ ਹੀ ਜੇਕਰ ਦੂਜੀ ਧਿਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਬੰਦਾ ਸਾਨੂੰ ਰੋਜ਼ ਫੋਨ ਕਰਕੇ ਪਰੇਸ਼ਾਨ ਕਰਦਾ ਸੀ, ਜਦੋਂ ਇਸਦਾ ਨੰਬਰ ਬਲੌਕ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹਨੇ ਸਾਡੀ ਬੇਟੀ ਦੇ ਨੰਬਰ 'ਤੇ ਫੋਨ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਸਾਡੀ ਬੇਟੀ ਨੇ ਪੜ੍ਹਾਈ ਵੀ ਛੱਡ ਦਿੱਤੀ ਅਤੇ ਡਰ ਕੇ ਘਰ ਬਹਿ ਗਈ। ਇਸ ਦੇ ਨਾਲ ਹੀ ਉਸ ਮਹਿਲਾ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਉਹਨੇ ਮੈਨੂੰ 1.5 ਮਹੀਨਾ ਗਿਆ ਬਹੁਤ ਜ਼ਿਆਦਾ ਤੰਗ ਕੀਤਾ ਸੀ। ਤੰਗ ਇਸ ਤਰ੍ਹਾਂ ਕੀਤਾ ਸੀ ਕਿ ਮੈਂ ਇਸ ਤਰ੍ਹਾਂ ਦਰਬਾਰ ਸਾਹਿਬ ਜਾਂਦੀ ਹਾਂ ਅੱਠੀ ਦੇਣੀ ਸੇਵਾ ਕਰਨ, ਇਹਦੀ ਬੈਟਰੀ ਇਹ ਚਲਾਉਂਦਾ ਸੀ ਅਤੇ ਮੈਂ ਇਹਦੇ ਬੈਟਰੀ 'ਚ ਬਹਿ ਗਈ। ਇੱਕ ਦਵਾਰ ਗਈ, ਦੂਜੀ ਵਾਰ ਮੈਨੂੰ ਆਉਂਦਾ ਆਂਟੀ ਜੀ ਪੈਣ ਤੋਂ ਜਾਏਂਗੇ ਅਤੇ ਮੈਂ ਦੱਸਦੀ ਮੈਂ ਤੈਨੂੰ ਲੈ ਜਾਵਾਂਗਾ। ਮੈਨੂੰ ਆਪਣੇ ਫੋਨ ਤੋਂ ਫੋਨ ਕਰਤਾ, ਮੇਰਾ ਨੰਬਰ ਇਹਦੇ ਕੋਲ ਚੱਲ ਗਿਆ, ਇਹ ਮੈਨੂੰ ਤੰਗ ਕਰਦਾ ਰਿਹਾ ਬੜਾ। ਫਿਰ ਮੈਂ ਇਹਨੂੰ ਪਿੰਡ 'ਚ ਇੱਕ ਵਾਰ ਧਮਕਾਇਆ ਵੀ, ਮਾਰਿਆ ਵੀ ਕਿ ਤੂੰ ਬੰਦਾ ਬਣ ਜਾ। ਇਹ 10 ਦਿਨ ਹਟ ਗਿਆ, ਉਹਦੇ ਬਾਅਦ ਪਤਾ ਨਹੀਂ ਮੇਰੀ ਬੇਟੀ ਦਾ ਨੰਬਰ ਇਹਨੇ ਕਿੱਥੋਂ ਲੈ ਲਿਆ ਅਤੇ ਮੇਰੀ ਬੇਟੀ ਨੂੰ ਇਹ ਫੋਨ ਕਰਦਾ ਰਿਹਾ। ਇਹਦੇ ਨੰਬਰ ਨੂੰ ਅਸੀਂ ਬਲੌਕ ਮਾਰਿਆ, ਇਹ ਪਤਾ ਨਹੀਂ ਕੀ ਨਵੀਂ ਸਿੰਮਾਂ ਲੈ ਕੇ ਵਨ ਸੁਣੀਆਂ ਕਰਕੇ ਫੋਨ ਕਰਦਾ ਰਿਹਾ, ਉਹਦੇ ਸੈਂਟਰ 'ਤੇ ਮਗਰ ਜਾਂਦਾ ਰਿਹਾ, ਇਹਨੂੰ ਰਾਹ ਗਲੀ ਘਿਰਦਾ ਰਿਹਾ। ਮੇਰੇ ਕੋਲ ਇੱਕ ਸਬੂਤ ਇਸ ਬੰਦੇ ਦਾ ਮੇਰੇ ਕੋਲ ਹੈਗਾ ਆ, ਇਹਦੀ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਆ, ਕਿ ਇੰਨੀ ਇੰਨੀ ਸਮਝਾਇਆ ਸੀ ਕਿ ਬੰਦਾ ਬਣ ਜਾ ਬੰਦੇ ਪੁੱਤ, 1.5 ਮਹੀਨਾ ਇਹਨੇ ਹੋਇਆ ਸਾਡਾ ਜੀਣਾ ਹਰਾਮ ਕੀਤਾ ਆ। ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ? ਅਸੀਂ ਪਹਿਲਾਂ ਨਹੀਂ ਦਿੱਤੀ, ਹੁਣ ਅਸੀਂ ਦਿੱਤੀ ਸ਼ਿਕਾਇਤ। ਇਹ ਫੜਨ 'ਚ ਨਹੀਂ ਸਾਡੇ ਆਉਣ ਡਿਆ ਸੀ, ਅਸੀਂ ਇਹੋ ਆਉਂਦੇ ਕਿ ਚੱਲ ਕੀ ਗੱਲ ਕਰਨੀ, ਇਹਨੂੰ ਸਮਝਾ ਦਾਂਗੇ ਬੰਦਾ ਬਣ ਜੂਗਾ, ਪਰ ਇਹ ਬੰਦਾ ਬੰਦਾ ਨਹੀਂ ਬਣਿਆ। ਇਹ ਤਾਂ ਮੈਨੂੰ ਐਂ ਕਰਦਾ ਜਿਸ ਤਰ੍ਹਾਂ ਟਿੱਚ ਸਮਝਦਾ ਸੀ ਮੈਨੂੰ। ਇੱਥੋਂ ਦੇ ਰਹਿਣ ਵਾਲਾ ਉਹ ਪਿੰਡ ਦੇ? ਇਹ ਪਿੰਡ ਦਾ ਮੈਨੂੰ ਇਸ ਬੰਦੇ ਬਾਰੇ ਪਹਿਲਾਂ ਜਾਣਕਾਰੀ ਕੋਈ ਨਹੀਂ ਸੀ, ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਹ ਪਿੰਡ ਕਿਸੇ ਦੇ ਘਰ ਰਹਿੰਦਾ, ਉਹਨਾਂ ਦੇ ਘਰ ਇਹ ਗੋਹਾ ਸੁੱਟਦਾ ਹੀ, ਇਹ ਉਹਨਾਂ ਦਾ ਵੀ ਨਹੀਂ ਗਾ, ਪਤਾ ਨਹੀਂ ਭਈਆ ਕਿੱਥੇ ਦਾ ਕਿੱਥੇ ਦਾ ਨਹੀਂ ਗਾ। ਹੁਣ ਇਹ ਮਹਾਰਾਜ ਦਾ ਬਾਣਾ ਪਾ ਕੇ ਇਹ ਆਪਣੇ ਆਪ ਨੂੰ ਗੁਰਮੁਖ ਸਮਝਦਾ ਜੇ, ਪਰ ਇਹ ਗੁਰਮੁਖ ਨਹੀਂ, ਇਹਨਾਂ ਨੇ ਪਿੰਡ 'ਚ ਹੋਰ ਵੀ ਸਥਾਨੀਆਂ ਬੰਦੇ ਨੇ ਕੀਤੀ ਆ। ਪਰ ਉਹਦਾ ਕਹਿਣ ਦਾ ਮਤਲਬ ਉਹਦਾ ਕਹਿਣ ਦਾ ਭਾਵ ਆ ਕਿ ਤੁਸੀਂ ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ, ਜਿਹੜਾ ਸ੍ਰੀ ਸਾਹਿਬ ਲਾ ਕੇ ਰੱਖ ਲਿਆ ਅਤੇ ਕੰਘਾ ਸਾਹਿਬ ਵੀ ਜਿਹੜਾ ਵਾ ਉਹਦਾ ਲਾ ਕੇ ਰੱਖ ਲਿਆ ਵਾ ਤੁਸੀਂ? ਨਹੀਂ, ਮੈਂ ਹੀ ਵੀ ਗੁਰਮੁਖ ਬੰਦੇ ਆ, ਅਸੀਂ ਗੁਰਮੁਖ ਬੰਦੇ ਆ, ਮੇਰੇ ਕੋਲ ਰਿਕਾਰਡਿੰਗਾਂ ਸੁਣੋ, ਉਹਨੂੰ ਮੈਂ ਸਭ ਸਮਝਾਇਆ ਆ। ਪਰ ਆਂਟੀ ਜੀ, ਕੀ ਕਾਨੂੰਨ ਇਜਾਜ਼ਤ ਦਿੰਦਾ ਕਿ ਤੁਸੀਂ ਆਪਣੀ ਚੱਪਲ ਦੇ ਵਿੱਚ ਉਸ ਵਿਅਕਤੀ ਨੂੰ ਪਾਣੀ ਪਿਆਓ? ਅਗਰ ਤੁਸੀਂ ਫੜ ਲਿਆ, ਤੁਸੀਂ ਪੁਲਿਸ ਨੂੰ ਵੀ ਤਾਂ ਸੂਚਿਤ ਕਰ ਸਕਦੇ ਸੀ। ਅਸੀਂ ਫੜਿਆ ਸੀ ਉਹ ਬੇਟੀਆਂ ਨੂੰ, ਜੋ ਤੰਗ ਕਰਦਾ ਸੀ ਬੇਟੀਆਂ ਦੇ, ਮਗਰ ਇੱਥੋਂ ਪਿੱਛੋਂ ਮੇਰੀ ਬੇਟੀ, ਉਹਦੀ 2 ਫਰੈਂਡ ਨਾਲ ਆਉਂਦੀਆਂ, ਪਿੱਛੋਂ ਮੇਰੀ ਬੇਟੀ ਇਕੱਲੀ ਆਉਂਦੀ ਆ, ਤਾਂ ਇਕੱਲੀ ਮੇਰੀ ਬੇਟੀ ਨੂੰ ਘੇਰਦਾ ਸੀ।
इस करके मेरी बेटी बहुत ज्यादा परेशान ही, उसकी पढ़ाई से मन नहीं लगन दिया ही। वो महीना हो गया ना वो रोटी खान दी है ना रोन दी। इस करके अं करते हैं कि पिंड च साड़ी बेइज्जती होगी, ती पैण वाले हैगे लोग गल्लां बनाउणगे। पर तुसीं खुद वीडियो बना के वायरल करती जी? ऐसी मैं नहीं कीती किसी विच, भैन भरा ने बनाती होनी है, क्योंकि वह पिंड विच भी उहदा इहो रिकॉर्ड है। तुसीं मेरे वीर जी पिंड दे विच तुसीं पता कर सकदे जे। पर उहदा कहना वा कि मेरा 1.5 लाख रुपया लैण वाला इहनां कोल। वह मैं 1.5 लाख रुपया किहड़ा किराया, गुरु रामदास दे घर दा 1.5 लाख रुपया किराया हैगा है। ਤੁਸੀਂ ਮੈਨੂੰ ਵੀਰ ਜੀ ਆਪ ਦੱਸੋ, ਗੁਰੂ ਰਾਮਦਾਸ ਦੇ ਘਰ ਦਾ ਇੱਥੋਂ ਸਾਡੇ ਇੱਥੋਂ ਮੈਂ ਕਿਉਂ ਕਿੰਨਾ ਕਰਾਇਆ ਜੇ ਹੈਗਾ ਜੇ? ਉਹਦਾ ਕਹਿਣ ਦਾ ਉਹਦੇ ਕਹਿਣ ਦਾ ਭਾਵ ਆ ਕਿ ਇਹਨਾਂ ਨੂੰ ਮੈਂ ਪੈਸੇ ਦਿੱਤੇ ਸੀ, ਮੈਂ ਕੁਛ ਪੈਸੇ ਇਕੱਠੇ ਕੀਤੇ ਸੀ ਆਪਣੀ ਜਗ੍ਹਾ ਲੈਣ ਵਾਸਤੇ, ਤੇ ਮੈਂ ਉਹ ਪੈਸੇ ਜਿਹੜੇ ਵੀਰ ਜੀ ਨਹੀਂ ਇਹੋ ਜਿਹੇ ਇਹੋ ਜਿਹੀ ਗੱਲਾਂ 100 ਬਣਾ ਲਈਦੀਆਂ ਆ। ਇਹ ਜੀ ਵੀਰ ਕੋਈ ਗੱਲ ਨਹੀਂ ਗੀ, ਮੇਰੇ ਕੋਲ ਰਿਕਾਰਡਿੰਗ ਤੁਸੀਂ ਸੁਣ ਲਓ, ਰਿਕਾਰਡਿੰਗ ਮੇਰੇ ਕੋਲ ਸਭ ਕੁਛ ਆ। ਚਾਹੇ ਜਦੋਂ ਕੱਲ੍ਹ ਜਿੱਤੀਆਂ ਜਦੋਂ ਅਸੀਂ ਫੜਿਆ ਸੀ ਉਦੋਂ ਮਨ ਦਾ ਸੈਂਟਰ 'ਚ ਕਾਬੂ ਕੀਤਾ ਇਹਨਾਂ ਨੂੰ। ਉੱਥੇ ਸੈਂਟਰ 'ਤੇ ਜਾਓ, ਤੁਹਾਨੂੰ ਸੈਂਟਰ ਤੁਹਾਨੂੰ ਐਡਰੈਸ ਦਿੰਦੇ, ਪਤਾ ਕਰ ਲਓ ਤੁਸੀਂ, ਤੁਹਾਨੂੰ ਸਭ ਰਿਕਾਰਡਿੰਗਾਂ ਮਿਲ ਜਾਣਗੀਆਂ। ਇਹ ਉੱਥੇ ਸੈਂਟਰ ਵਾਲੇ ਹੀ ਬੜੇ ਪਰੇਸ਼ਾਨ ਹੋ ਗਏ ਕਿ ਇਹ ਰੋਜ਼ ਬੇਟੀ ਨੂੰ ਤੰਗ ਕਰਦਾ ਜੇ। ਉਹਦੇ ਕਹਿਣ ਦਾ ਭਾਵ ਆ ਕਿ ਤੁਸੀਂ ਉਹਨੂੰ ਅੰਮ੍ਰਿਤਸਰ ਤੋਂ ਕਿਡਨੈਪ ਕੀਤਾ ਸੀ? ਨਹੀਂ ਜੀ, ਕਿਡਨੈਪ ਅਸੀਂ ਕਰ ਸਕਦੇ ਹਾਂ, ਅਸੀਂ ਕਿਹਨੂੰ ਕੋਈ ਕਿਡਨੈਪ ਕੀ ਕਰਨੂੰ ਕਰਨਾ ਹੈ। ਅਸੀਂ ਤਾਂ ਕਰਕੇ ਪਿੰਡ 'ਚ ਇਹਨੇ ਲੋਕਾਂ ਨੂੰ ਆਖਿਆ ਕਿ ਮੈਂ ਉਹਦੀ ਬੇਟੀ ਨਾ, ਇਹ ਇਹਦੇ ਪਿਓ ਦੀ ਉਮਰ ਦਾ। ਪੁਲਿਸ ਦਾ ਵੀ ਕਹਿਣਾ ਕਿ ਤੁਸੀਂ ਉਸਨੂੰ ਕਿਡਨੈਪ ਕੀਤਾ ਸੀ ਤੇ ਦੇਖ ਰਹੇ ਆ ਵੀ ਮਾਮਲਾ ਕਿੱਥੋਂ ਦਰਜ ਕਰਨਾ। ਨਹੀਂ ਨਹੀਂ, ਇਹੋ ਜਿਹਾ ਬਖਵਾਵਾਂ ਗੱਲਾਂ ਜੇ ਵੀਰ ਜੀ। ਤੇ ਬਾਕੀ ਪਿੰਡ 'ਚ ਅਸੀਂ ਤਾਂ ਲਿਆਂਦਾ ਉਹਨੂੰ ਉੱਥੋਂ ਫੜ ਕੇ, ਕਿਉਂਕਿ ਉਹਨੇ ਪਿੰਡ 'ਚ ਅਖਵਾਹ ਉਡਾਈ ਸੀ ਕਿ ਮੈਂ ਇਹਦੇ ਨਾਲ ਮੈਂ ਵਿਆਹ ਕਰਨਾ ਚਾਹੁੰਦਾ, ਮੇਰੀ ਇਹਨੇ ਗੱਲਬਾਤ ਆ, ਇਹਦੇ ਪਿਓ ਦੀ ਉਮਰ ਦਾ ਹੈ। ਉਸਨੂੰ ਛੱਡ ਦਿੱਤਾ ਜਾਂ ਪੁਲਿਸ ਨੂੰ ਫੜਾਇਆ? ਛੱਡਤਾ ਜੇ, ਛੱਡ ਦੇ ਦੀ ਸਾਡੇ ਕੋਲ ਵੀਡੀਓ, ਚੰਗਾ ਭਲਾ ਸਾਡੇ ਕਰੋ ਗਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੁਸੀਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਕੁਝ ਵੀ? ਨਹੀਂ, ਆਹ ਦਰਖਾਸਤ ਦਿੱਤੀ, ਸਾਡੇ ਕੋਲ ਪਰਚਾ ਹੈਗਾ ਆ, ਅਸੀਂ ਦਿੱਤੀ ਦਰਖਾਸਤ ਜੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਚ ਦਰਖਾਸਤ ਦਿੱਤੀ? ਵੀਡੀਓ ਤਾਂ ਸਾਨੂੰ ਵੀਰ ਜੀ ਪਤਾ ਨਹੀਂ ਕਿੰਨੇ ਕੀਤੀ, ਨਹੀਂ ਦਿੱਤੀ ਦਰਖਾਸਤ ਕਦੋਂ ਦਿੱਤੀ ਦੀ? ਅਸੀਂ ਅੱਜ ਦਿੱਤੀ ਦਰਖਾਸਤ। ਠੀਕ ਹੈ ਠੀਕ ਹੈ। ਬਾਕੀ ਵੀਰ ਜੀ ਜੇ ਮੇਰੇ ਕੋਲ ਜੇ ਹੋਇਆ ਆ, ਮੈਂ ਇੱਕ ਤਪੀ ਮਾਂ, ਤੁਸੀਂ ਵੀ ਮੇਰੇ ਵੀਰ ਸਿਆਣੇ ਜੇ, ਇੱਕ ਤਪੀ ਮਾਂ ਕੋ ਗੁੱਸੇ ਨਾਲ ਹੋਇਆ ਆ ਇਹਨੇ। ਮੈਂ ਮੇਰੀ ਰਿਕਾਰਡਿੰਗਾਂ ਤੁਸੀਂ ਸੁਣੋ, ਸੁਣ ਕੇ ਤੁਸੀਂ ਮੈਨੂੰ ਆਖਿਓ ਭੈਣ ਤੂੰ ਸੱਚੀ ਕਿ ਤੂੰ ਝੂਠੀ ਆ। ਇਹਨੇ ਬਹੁਤ ਜ਼ਿਆਦਾ ਮੈਨੂੰ ਤੰਗ ਕੀਤਾ, ਥੋੜ੍ਹਾ ਤੰਗ ਨਹੀਂ ਕੀਤਾ ਸੀ ਇਹਨੇ ਮੈਨੂੰ। ਪਰ ਤੁਹਾਡਾ ਫਰਜ਼ ਬਣਦਾ ਸੀ ਕਿ ਪੁਲਿਸ ਨੂੰ ਸੂਚਿਤ ਕਰਦੇ, ਤੁਸੀਂ ਆਪ ਉਹਦੇ ਨਾਲ ਕੁੱਟਮਾਰ ਕੀਤੀ, ਉਹਨੂੰ ਜੁੱਤੀ 'ਚ ਪਾਣੀ ਪਿਲਾਇਆ, ਜਿਸ ਕਰਕੇ ਕੀ ਲੱਗਦਾ ਕਿ ਠੀਕ ਹੈ? ਨਹੀਂ ਚਲੋ ਠੀਕ ਆ, ਮੰਨਿਆ, ਕੁੜੀਆਂ ਨੂੰ ਗੁੱਸਾ ਸੀ, ਬੇਟੀਆਂ ਦਾ ਆਲਰੇਡੀ ਮੇਰੀ ਬੇਟੀ ਕਰਨ ਡਈ ਆ ਤੇ ਪੜ੍ਹਾਈ 'ਚ ਜੀ ਨਹੀਂ ਲੱਗਣ ਡਿਆ, ਚਲੋ ਗੁੱਸੇ ਦੇ ਠੀਕ ਬੇਟੀ ਕੋ ਹੋ ਗਿਆ ਗੁੱਸਾ। ਵੀਰ ਜੀ ਬਹੁਤ ਜ਼ਿਆਦਾ ਤੰਗ ਕੀਤਾ, ਅਗਰ ਇਹਦੀ ਫੋਨ 'ਚ ਗੱਲਾਂ ਸੁਣੋਗੇ ਨਾ, ਪਿਓ ਦਾ ਉਮਰ ਬੰਦਾ ਹੋ ਕੇ ਬੇਟੀ ਨੂੰ ਉਹ ਲਫ਼ਜ਼ ਬੋਲੇ ਜਿਹੜਾ ਸੁਣਿਆ ਨਾ ਜਾਣ, ਕਿਹੜੀ ਬੱਚਾ ਬਰਦਾਸ਼ਤ ਕਰੂਗਾ। ਜੰਡਿਆਲਾ ਗੁਰੂ ਤੋਂ ਕਮਲਜੀਤ ਸਿੰਘ ਦੀ ਰਿਪੋਰਟ, ਰੰਗਲਾ TV।